ਨੂੰ ਬਾਈ, ਮੋਟਾ ਥਾਣਾ ਤੇ ਆਹ ਬਰੀਕ ਜਮਾ ਬਰੀਕ ਹੈ, ਮਾਸ ਖੁਰਾਣੀ ਬਿਲਕੁਲ ਲਾਓ। ਹਾਂ ਦੇਖ ਸਕਦੇ ਹੋ ਦੁੱਧ ਵਾਲਾ ਚੱਡਾ ਇਹ ਅਸਲੀ ਹੈ ਜਮਾ, ਨਿੰਬੂ ਜੋ ਨੁੱਚੜੂਗੀ। ਦੇਖ ਸਕਦੇ ਹੋ ਮੋਟਾ ਥਾਣਾ ਤੇ ਪੋਲੀ ਧਾਰ ਹੈ, ਦੇਖ ਸਕਦੇ ਹੋ ਪਿਓਰ ਅਸਲੀ ਬੱਕਰੀ ਹੈ ਇਹ ਦੁੱਧ ਵਾਲੀ। ਹਾਂਜੀ ਹਾਂ ਦੇਖ ਸਕਦੇ ਹੋ ਬਾਈ, ਪਿਓਰ ਅਸਲੀ ਚੱਡਾ ਹੈ ਜੀ ਬੱਕਰੀਆਂ ਦਾ, ਦੇਖ ਸਕਦੇ ਹੋ। ਬੱਤ ਦਾ ਥਾਣਾ ਕੋਈ ਜ਼ਿਆਦਾ ਲੰਬਾ ਵੀ ਥਣ ਨਹੀਂ, ਇੱਥੇ ਚਮੜੀ ਦਿਖਾਉਂਦੇ ਨੇ ਅਸੀਂ ਪੂੰਛ ਦਿਖਾਉਂਦੇ ਆ। 100 ਸਾਲ ਦੇ ਬਜ਼ੁਰਗਾਂ ਦੇ ਤਾਂ ਮਾਸ ਛੱਡ ਜਾਂਦੇ ਤੇ ਇੱਥੇ ਦੇ ਦੋ ਵੀ ਆਹ ਜਵਾਨੀ ਵੀ ਛੱਡਿਆ ਹੋਇਆ। ਆਹ ਦੇਖ ਤੇ ਆਹ ਦੇ ਲੋ, ਇਹ ਬਰੀਕੀਆਂ ਨੇ ਬੱਕਰੀ ਦੀਆਂ ਬਾਈ, ਜਿਹੜੀਆਂ ਚੀਜ਼ਾਂ ਦੇ ਬੱਚਾ ਜਿਹੜਾ ਆਹ ਬੱਚਾ ਜੀ ਇਹਦਾ, ਇਹਦਾ ਬੱਚਾ ਦੇਖ ਸਕਦੇ ਹੋ ਬਾਈ, ਫੇਸ ਕੁਆਲਿਟੀ ਬੱਚੇ ਦੀ, ਕੰਨ ਕੁੰਨ ਬਹੁਤ ਹੈ ਤੇ ਚੰਗੀ ਕੁਆਲਿਟੀ ਦਾ ਹਨਾ। ਇਹ ਕਾਲਾ ਆ ਗਿਆ ਤੇ ਬਸ ਸਾਫ ਕਾਲਾ ਆ ਗਿਆ, ਦੂਏ ਦਾ ਬੱਚਾ ਬੱਕਰੇ ਵੱਡੇ ਦਾ ਬੱਚਾ। ਅੱਛਾ ਪਹਿਲਾਂ ਚੱਲਦੇ ਸੀਗੇ ਉਦੋਂ, ਮਤਲਬ ਉਦੋਂ ਮਿਲਦੇ ਆਮ ਮਿਲ ਜਾਂਦੇ ਸੀ, ਪਰ ਹੁਣ ਜੇ ਕੋਈ ਕਵੀ ਮੈਂ ਜਾਂਦਾ ਫੜ ਲਿਆ ਕਿਸੇ ਜਾ ਕੇ ਤੇ ਹੁਣ ਨੀ ਮਿਲਣੇ। ਹੁਣ ਆਹ ਬੱਕਰਾ ਇਸ ਬੱਕਰੀ ਇਸ ਏਰੀਏ ਵਿੱਚ ਜ਼ਿਲ੍ਹਾ ਜਲੰਧਰ ਦੇ ਵਿੱਚ ਬੱਕਰਾ, ਇਹਦੇ ਨਾਲ ਦਾ ਨਾਂ ਸੁਨੱਖਾ ਤੇ ਨਾਂ ਉਚਲਮਾ, ਕਿਸੇ ਕੋਲ ਮੇਰਾ ਖਿਆਲ ਨਹੀਂ। ਸਾਨੂੰ ਵੀ 3 ਸਾਲ ਹੋ ਗਏ ਬੱਕਰੇ ਨੂੰ ਦੇਖਦੇ ਨੂੰ, ਅਸੀਂ ਪਹਿਲੇ ਸਾਲ ਆਏ ਬੱਚਾ ਸੀ ਉਦੋਂ, ਬੱਚਾ ਸੀ। ਤੁਸੀਂ ਬੱਕਰਾ ਦੇਖ ਲਓ, ਇਹਦਾ ਕੱਦ ਕਾਰ ਦੇਖ ਲਓ, ਕਿਸੇ ਵੀ ਬਹੁਤ ਹੈ ਜੀ ਜਮਾ, ਦੇਖ ਸਕਦੇ ਹੋ ਵੀ ਮੇਰੇ ਦਿਲੋਂ ਲੱਖ ਦੇ ਬਰਾਬਰ ਕੋਈ ਕੋਈ ਕਹਿੰਦਾ 45 ਇੰਚ ਦਾ ਬੱਕਰਾ ਹੋਊ, ਉਹੀ ਗੱਲ ਕੋਈ ਕਹਿੰਦਾ ਵੀ ਲੱਖ ਬਰਾਬਰ ਬੱਕਰਾ ਤੋਂ ਕਹਿਣਾ ਸੌਖਾ ਤੇ ਦਿਖਾਣਾ ਔਖਾ, ਤੇ ਆਪਾਂ ਦਿਖਾਉਂਦੇ ਆ ਚਲੋ ਲੱਖ ਮੇਰਾ ਕਿੱਥੇ ਆ। ਭਾਰੀ ਵੀ ਹੈ ਬੱਕਰਾ, ਹੱਟ ਗੋਡੇ ਦਾ ਸਭ ਕੁਝ ਦੇਖ ਲਓ ਜੀ, ਪਿੱਛਾ ਭਾਰੀ ਅੱਗਾ ਭਾਰੀ, ਦੇਖ ਸਕਦੇ ਹੋ ਚਾਰੇ ਚੂਲੇ, ਬਾਕੀ ਕਿਸੇ ਕੋਲੋਂ ਕੱਚ ਨਹੀਂ ਹੈਗਾ, ਜੋ ਦੇਖ ਲਓ ਬਾਈ ਤਸਵੀਰਾਂ ਹੀ ਛਾਪਤੀਆਂ ਬੱਕਰੀ ਨੇ। ਹਾਂ ਜੀ ਉਹ ਬੱਕਰੇ ਦੀਆਂ ਨੇ ਹਨਾ, ਉਹ ਬੱਕਰੇ ਦੀਆਂ ਨੇ, ਦੇਖ ਲਓ ਬਾਈ ਰਿਜ਼ਲਟ ਵੀ ਤੁਹਾਨੂੰ ਨਾਲ ਦਿਖਾਤਾ ਬੱਕਰੇ ਦਾ, ਤੇ ਲੰਬਾ ਕੰਨ ਬਦਾਮੀ ਸਿੰਘ ਚੌਕ ਨੇ ਪਿੰਡੇ। ਹਾਂਜੀ ਇਹ ਦੋਵੇਂ ਭੈਣਾਂ ਨੇ, ਇਹ ਤਾਂ ਜਮਾ ਹੀ ਤਸਵੀਰ ਹੈ ਕਾਲੀ ਨਾਗਰੀ ਕੱਕੇ ਕੋਲੇ ਵਰਗੀ, ਦੇਖ ਸਕਦੇ ਹੋ ਪਿਓਰ ਨਾਗਰੀ ਪੱਠ ਹੈ ਇਹ, ਕਾਲੀ ਨਾਗਰੀ ਹਨਾ ਜੀ। ਚੋਈ ਹੋਈ ਹੈ ਨਾ ਜੀ, ਕੋਈ ਐਖੜ ਨੀ ਬਾਈ, ਕੋਈ ਬੰਦਾ ਕਹਿ ਦੇ ਐਖੜ ਆ, ਦੇਖ ਜਮਾ ਮੋਟੇ ਥਣ ਨੇ ਬੱਕਰੀਆਂ ਦੇ, ਆ ਪਛਾੜੋ ਦਿਖਾ ਦੋ, ਆ ਦੇਖ ਲੋ ਬਾਈ, ਲੋਕ ਕਹਿੰਦੇ ਥਣ ਖਤਮ ਹੋ ਗਈ, ਖਤਮ ਹੋ ਗਈ, ਆ ਦੇਖ ਲਓ ਮੋਟਾ ਥਣ ਤੇ ਜਿਆਦਾ ਲੰਬਾ ਨੀ ਜਿਆਦਾ ਛੋਟਾ ਨੀ ਬੱਤ ਦਾ, ਤੇ ਦੁੱਧ ਵਾਲੀਆਂ ਬੱਕਰੀਆਂ ਕੋ ਬਿਲਕੁਲ, ਹਾਂ ਚਮੜੀ ਜਮਾ ਬਰੀਕ ਤੇ ਪੂਛਾਂ ਵੀ, ਪੂਛਾਂ ਬਿਲਕੁਲ ਬਰੀਕ ਹੈ ਬਿਲਕੁਲ। ਹਾਂ ਇਹ ਅਸਲੀ ਬੱਕਰੀਆਂ ਨੇ ਜੀ, ਬਰੀਕੀਆਂ ਆਹੀ ਦੇਖਣ ਵਾਲੀਆਂ ਨੇ ਬਾਈ, ਆਪਾਂ ਤਾਂ ਇਹੀ ਸਮਝਾਉਂਦੇ ਆ, ਚੰਗੀ ਰੱਖੋ। ਹਾਂਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ, ਆਪਣੇ ਰਾਜੂ ਗੋਟ ਫਾਰਮ ਦੇ ਅਫੀਸ਼ੀਅਲ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਉੱਪਰ ਸਾਰੇ ਬਾਈਆਂ ਦਾ ਸਵਾਗਤ ਹੈ। ਅਤੇ ਅੱਜ ਆਪਾਂ ਬਹੁਤ ਹੀ ਜੱਦੀ ਪੁਸ਼ਤੀ, ਆਪਣੀਆਂ ਸਰਕਾਰਾਂ ਦਾ ਬਹੁਤ ਪੁਰਾਣਾ ਮੇਲਾ ਭਰਦਾ ਦਾਤਾ ਅਬਦੁੱਲੇ ਸ਼ਾਹ ਕਾਦਰੀ ਅਲੀ ਅਹਿਮਦ ਸਰਕਾਰ ਜੀ ਦਾ, ਅਤੇ ਉੱਥੇ ਬੱਕਰੀਆਂ ਵਾਲੇ ਵੀਰ ਪੁਰਾਣੇ ਸਮੇਂ ਤੋਂ ਹੀ ਬੱਕਰੀਆਂ ਲੈ ਕੇ ਇੱਥੇ ਆਪਣੀ ਬੱਕਰੀਆਂ ਦੀ ਮਤਲਬ ਚੌਂਕੀ ਭਰਾਉਣ ਆਉਂਦੇ ਨੇ, ਅਤੇ ਕਈ ਵਾਰ ਸੌਦੇ ਸੱਠੇ ਵੀ ਹੋ ਜਾਂਦੇ ਨੇ ਪਾਲੀਆਂ ਦੇ, ਸੌਦੇ ਸੱਠੇ ਵੀ ਹੁੰਦੇ ਨੇ ਇਸ ਮੇਲੇ ਦੇ ਉੱਪਰ। ਅਤੇ ਸਾਲ ਵਾਲਾ ਮੇਲਾ, ਇਹ ਮੰਡੀਆਂ ਦੀ ਤਰ੍ਹਾਂ ਹਰ ਮਹੀਨੇ ਨਹੀਂ ਆਉਂਦਾ, ਇਹ ਸਾਲ ਬਾਅਦ ਸਾਲ ਹੀ ਆਉਂਦਾ, ਅਤੇ ਇਹ ਜ਼ਰੂਰ ਨੋਟ ਕਰ ਲਿਆ ਕਰੋ ਬਾਈ। ਬਾਕੀ ਕਈ ਵਾਰ ਪੁੱਛ ਲੈਂਦੇ ਨੇ ਵੀ ਬਾਈ ਇਹ ਮੇਲਾ ਕਦੋਂ ਆਉਂਦਾ, ਇਹ 6ਵੇਂ ਦੇ ਲਾਸਟ ਦੇ ਵਿੱਚ ਅਤੇ 7ਵੇਂ ਦੇ ਸ਼ੁਰੂ ਦੇ ਵਿੱਚ ਆਉਂਦਾ ਹੁੰਦਾ ਮੇਲਾ, ਅਤੇ ਆਪਾਂ ਸ਼ੁਰੂ 'ਚ ਪਹਿਲਾਂ ਵੀਡੀਓ ਵੀ ਪਾਇਆ ਕਰਦੇ ਹਾਂ, ਅਤੇ ਉਹ ਵੀਡੀਓ ਤੁਸੀਂ ਦੇਖ ਕੇ ਮੇਲੇ ਦੀਆਂ ਤਰੀਕਾਂ ਜ਼ਰੂਰ ਨੋਟ ਕਰ ਲਿਆ ਕਰੋ।
ਤੇ ਮਢਾਲੀ ਸ਼ਰੀਫ ਇਹ ਪਿੰਡ ਹੈ ਫਗਵਾੜੇ ਦੇ ਨਜ਼ਦੀਕ। ਤੇ ਜ਼ਿਲ੍ਹਾ ਕਿਹੜਾ ਪੈਂਦਾ? ਨਵਾਂ ਸ਼ਹਿਰ। ਇਹ ਪਿੰਡ ਨੂੰ ਨਵਾਂ ਸ਼ਹਿਰ ਜ਼ਿਲ੍ਹਾ ਪੈਂਦਾ। ਤੇ ਬਾਕੀ ਆਪਾਂ ਜਿਹੜੇ ਬਾਈ ਇੱਥੇ ਬੱਕਰੀਆਂ ਲੈ ਕੇ ਪਹੁੰਚੇ ਨੇ ਉਹਨਾਂ ਨਾਲ ਆਪਾਂ ਥੋੜੀ ਗੱਲਬਾਤ ਕਰਦੇ ਹਾਂ। ਤੇ ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਆਪਾਂ ਨੂੰ ਬਾਈ ਪਹਿਲੇ ਸਾਲ ਆਏ ਆਪਾਂ ਉਰੇ ਮੇਲੇ ਦੇ ਉੱਪਰ, ਤੇ ਬਹੁਤ ਬਾਈਆਂ ਨੇ ਆਪਣੇ ਮੰਗਾ ਨੂਰ ਮਹਿਲ ਜੀ ਵਾਲਿਆਂ ਨੇ ਉਹਨਾਂ ਨੇ ਭੇਜੇ, ਤੇ ਇਹਨਾਂ ਨੇ ਬਾਈਆਂ ਨੇ ਆਪਣੀ ਬਹੁਤ ਇੱਜ਼ਤ ਕਰੀ, ਆਪਾਂ ਨੂੰ ਸਾਰੀ ਦਰਗਾਹ ਘੁਮਾਈ ਤੇ ਬੱਕਰੀਆਂ ਵਾਲੇ ਵੀਰਾਂ ਨਾਲ। ਇਹ ਆਪਣਾ ਗੋਪੀ ਬਾਈ ਹੈ ਤੇ ਇਹਨੇ ਬਾਈ ਨੇ ਆਪਣੀ ਬਹੁਤ ਮਦਦ ਕਰੀ, ਆਪਾਂ ਨੂੰ ਸਾਰੇ ਭੇਤੀ ਕਰਾਇਆ ਜੀ ਮੇਲੇ ਦਾ ਇਹਨਾਂ ਨੇ ਆਪਾਂ ਨੂੰ। ਆਪਾਂ ਬੰਦਿਆਂ ਦਾ ਗੁਣ ਮੰਨਦੇ ਹਾਂ। ਤੇ ਬਾਕੀ ਹੋਰ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਸਾਨੂੰ ਕਿੰਨੇ ਕ ਟਾਈਮ ਤੋਂ ਬੱਕਰੀਆਂ ਦਾ ਕੰਮ ਕਰਦੇ ਹੋ ਬਾਈ? ਬਾਈ ਸਾਡੇ ਉਧਰ ਜੱਦੀ ਪੋਸਟ ਤੇ ਪਹਿਲਾਂ ਚੱਲਦਾ ਹੈ, ਤੀਜੀ ਚੌਥੀ ਪੀੜ੍ਹੀ ਆਉਂਦੀ ਹੈ। ਅੱਛਾ, ਠੀਕ ਹੈ। ਇਹਦਾ ਮੈਨੂੰ ਆਪ ਕਰਦੇ ਨੂੰ 10 ਸਾਲ ਹੋ ਗਏ। ਤੇ ਮੇਲੇ ਤੇ ਆਉਂਦੇ ਨੂੰ ਕਿੰਨਾ ਕ ਟਾਈਮ ਹੋ ਗਿਆ? ਉਹਨਾਂ ਚਿਰ ਤੋਂ ਉਦੋਂ ਪਹਿਲਾਂ ਦੇ ਮੇਲੇ ਤੇ ਆਉਂਦੇ, ਛੋਟੇ ਹੁੰਦੇ ਹੀ ਆਉਂਦੇ। ਛੋਟੇ ਹੀ ਹੁੰਦੀ ਆ ਛੋਟੇ ਹੁੰਦੇ ਜਮਾ ਆਪਣੀ ਮਾਂ ਬਾਪ ਨਾਲ। ਹਾਂ, ਡੈਡੀ ਹੁਣਾਂ ਨਾਲ ਹੁੰਦੇ, ਸਤਾਈ ਹੁਣਾਂ ਨਾਲ। ਠੀਕ, ਅੱਜ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਮੇਲੇ ਦੇ ਵਿੱਚ? ਅੱਜ ਬਾਈ ਸਾਰੀਆਂ ਆਪਣੀਆਂ ਹੀ ਵਿਸ਼ੇ ਹੈ। ਇਹ 30-35 ਬੱਕਰੀਆਂ ਆਈਆਂ। ਠੀਕ ਹੈ, ਤੇ ਬਾਕੀ ਘਰੇ ਵੀ ਹੋਣੀਆਂ? ਹਾਂ, ਘਰੇ ਵੀ ਹੈ ਬਾਈ। ਠੀਕ ਹੈ ਜੀ, ਮਤਲਬ ਪੁਰਾਣਾ ਆਪਣਾ ਬੱਕਰੀਆਂ ਦੀ ਕੰਮ ਹੈ? ਪੁਰਾਣਾ ਬਾਈ। ਠੀਕ ਹੈ, ਬੱਕਰੀਆਂ ਤੋਂ ਹੀ ਆਪਣਾ ਘਰ ਬਾਰ ਹੀ ਚੱਲਦਾ? ਹਾਂਜੀ ਹਾਂਜੀ। ਠੀਕ ਹੈ, ਤੇ ਬਾਈ ਦੀਆਂ ਬੱਕਰੀਆਂ ਤੁਹਾਨੂੰ ਦਿਖਾਵਾਂਗੇ, ਸਾਰੀ ਗੱਲਬਾਤ ਕਰਾਂਗੇ। ਤੇ ਬਾਈ ਆਪਾਂ ਨੂੰ 2-3 ਸਾਲ ਤੋਂ ਮੇਲੇ ਦੇ ਵਿੱਚ ਮਿਲਦਾ, ਤੇ ਬਾਕੀ ਤੁਹਾਨੂੰ ਆਪਾਂ ਹੋਰ ਆਪਣੀ ਵੱਡੀ ਸ਼ਖਸੀਅਤ ਨਾਲ ਮਿਲਾਉਂਦੇ ਹਾਂ। ਸਤਿ ਸ਼੍ਰੀ ਅਕਾਲ ਮੰਗਾ ਨੂਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਇਹ ਬਾਈ ਮੈਂ ਫੇਰ ਦੁਬਾਰਾ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਿਹਾ ਬਾਈ, ਸਪੈਸ਼ਲ ਪਹੁੰਚੇ ਨੇ ਹਨਾ ਬਾਬਿਆਂ ਦੇ ਰੋਜੇ ਦੇ ਉੱਪਰ ਤੇ ਬੱਕਰੀਆਂ ਦਾ ਮੇਲਾ ਦੇਖਣ ਬਾਹਰਲੇ ਦੇਸ਼ ਚੋਂ। ਹਾਂਜੀ, 9 ਸਾਲ ਬਾਅਦ ਮੈਂ ਇੱਥੇ ਮੇਲੇ ਵਿੱਚ ਆਇਆ। ਠੀਕ ਹੈ। ਤੇ ਰਾਜੂ ਗੋਡ ਫਾਰਮ ਦਿੜਬਾ ਪੰਜਾਬ ਦੇ ਇਹ ਜਿਹੜੇ ਬਾਈ ਆਪਣੇ ਬੂਟੇ ਹੋਣੀ ਆ, ਬਹੁਤ ਸਾਡਾ ਇਤਮਾਨ ਕਰਦੇ, ਦੀਦ ਬਹੁਤ ਕਰਦੇ ਆ। ਬਾਕੀ ਉਹਨਾਂ ਦੇ ਫਾਦਰ ਸਾਹਿਬ ਬਹੁਤ ਅੱਛੇ ਇਨਸਾਨ ਆ, ਬਹੁਤ ਜਾਣ ਕੇ ਮੰਡੀਆਂ ਦੇ ਬਾਦਸ਼ਾਹ ਜੀ ਉਹ, ਤੇ ਮੇਲਿਆਂ ਦੇ ਔਰ ਮੰਡੀਆਂ ਦੇ ਬਾਦਸ਼ਾਹ, ਜਿਨ੍ਹਾਂ ਨੇ ਪੂਰੇ ਤੁਹਾਡੇ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੇ ਵਰਲਡ ਵਿੱਚ ਇਹਨਾਂ ਦੀਆਂ ਵੀਡੀਓ ਚੱਲ ਰਹੀਆਂ। ਤੇ ਜਿਹੜਾ ਮਰਜ਼ੀ ਬਾਈ ਇਹਨਾਂ ਦੀ ਵੀਡੀਓ ਦੇਖ ਸਕਦਾ, ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ। ਤੇ ਬਹੁਤ ਅੱਛੇ ਇਨਸਾਨ ਹੈ, ਬੜੀ ਕੰਮ ਵਾਲਾ, ਕਾਫੀ ਦੂਰੀ, ਮਤਲਬ 200 ਕਿਲੋਮੀਟਰ ਦੂਰ, 200 ਕਿਲੋਮੀਟਰ ਦੇ ਕਰੀਬ ਹੈ ਜੀ ਆਪਣਾ ਕੰਮ ਸਾਡੇ ਨੂੰ ਬਾਬਿਆਂ ਦੀ। 200 ਸਾਨੂੰ ਇਹ ਬਾਈ ਚੱਲ ਕੇ ਆਏ ਮੇਰੇ ਘਰ ਵਿੱਚ, ਆਪਣੇ ਪੰਜਾਬ ਦੇ ਵਿੱਚ ਐਡੇ ਮਹਾਨ ਆਪਣੇ ਬਾਬਿਆਂ ਦਾ ਰੋਜ਼ਾ ਹੈ। ਤੁਸੀਂ ਜ਼ਰੂਰ ਪਹੁੰਚੋ, ਮੇਰੇ ਡੈਡੀ ਜੀ ਨੂੰ ਕਿਹਾ ਇਹਨਾਂ ਨੇ ਜ਼ਰੂਰ ਫੋਨ ਕਰਕੇ। ਅੱਜ ਤੋਂ 3-3.5 ਸਾਲ ਦੀ ਗੱਲ ਹੋ ਗਈ ਹੈ ਨਾ ਜੀ? 3.5 ਸਾਲ ਹੋ ਗਿਆ। ਹਾਂ, 3.5 ਸਾਲ ਦੀ ਗੱਲ ਹੋ ਗਈ। ਬਾਬਾ ਅਬਦੁੱਲੇ ਸ਼ਾਹ ਦਾ ਮੇਲਾ ਜੀ, ਦੁਬਾਰਾ ਫਿਰ ਦੱਸ ਦਈਏ ਆਪਾਂ, 117 ਸਾਲ ਹੋ ਗਿਆ ਜੀ ਮੇਲਾ ਚੱਲਦੇ ਨੂੰ। ਠੀਕ ਹੈ ਜੀ, 117 ਸਾਲ ਜਾਂਦਾ ਜੀ ਮੇਲਾ ਚੱਲਦੇ ਨੂੰ। ਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਹਾਂਜੀ, ਇਹ ਲੁਗੜਵਾ ਪਿੰਡ ਹੈ ਜੀ ਇਹਨਾਂ ਦਾ, ਚੰਡੀਗੜ੍ਹ ਰੋਡ ਦੇ ਉੱਪਰ। ਠੀਕ ਹੈ। ਤੇ ਇਸ ਟਾਈਮ ਜ਼ਿਲ੍ਹਾ ਹੈਗਾ ਜੀ ਨਵਾਂ ਸ਼ਹਿਰ, ਪਹਿਲਾਂ ਜ਼ਿਲ੍ਹਾ ਪੈਂਦਾ ਸੀ ਇਸ ਨੂੰ ਫਗਵਾੜੇ ਨੂੰ, ਜ਼ਿਲ੍ਹਾ ਜਲੰਧਰ। ਜਲੰਧਰ, ਜਲੰਧਰ। ਤੇ ਸਭ ਤੋਂ ਮੇਨ ਖੁਸ਼ੀ ਵਾਲੀ ਗੱਲ ਇਹ ਆ ਕਿ ਦਾਤਾ ਜੋ ਅਲੀ ਅਹਿਮ ਸਰਕਾਰ ਹੈ ਜੀ, ਉਹਨਾਂ ਨੇ ਪੈਰਾਂ ਤੇ ਰੱਖ ਕੇ ਚਾਹ ਬਣਾਈ ਸੀ, ਚਾਹ ਬਣਾਈ ਸੀ। ਤੇ ਉਹ ਇਸ ਸਾਡੇ ਭਾਣਜੇ ਦੇ ਪਿੰਡ ਦੇ ਸੀਗੇ ਨਾਲ, ਹਾਂਜੀ ਘਰ ਦੇ ਨਾਲ ਘਰ ਹੈ ਜੀ ਦਾਤਾ ਅਲੀ ਅਹਿਮ ਸਰਕਾਰ ਤੇ ਸਾਬਰੀ ਕਾਦਰੀ ਪਰਿਵਾਰ ਦੇ। ਠੀਕ ਹੈ ਜੀ। ਤੇ ਉਹਨਾਂ ਨੇ ਪੈਰਾਂ ਦੇ ਰੱਖ ਕੇ ਚਾਹ ਬਣਾਈ ਸੀ, ਉਹ ਇਹਨਾਂ ਦੇ ਪਿੰਡ ਦੇ ਆ ਜੀ, ਇਹਨਾਂ ਦੇ ਘਰ ਦੇ ਨਾਲ ਇਹਨਾਂ ਦਾ ਘਰ ਹੈ ਜੀ ਦਾਤਾ ਸਰਕਾਰ ਦਾ। ਠੀਕ ਹੈ ਜੀ। ਤੇ ਕਿਸੇ ਸੱਜਣ ਨੂੰ ਦੇਖਣਾ ਤੇ ਅੱਜ ਮਤਲਬ ਹਲੇ ਤੱਕ ਵੀ ਮੌਜੂਦ ਆ ਨਵਾਂ ਸ਼ਹਿਰ? ਹਾਂਜੀ ਨਵਾਂ ਸ਼ਹਿਰ। ਹਾਂ ਚਲੋ ਇਸ ਟਾਈਮ ਮਤਲਬ ਹੈਗਾ ਹਲੇ, ਤੇ ਕੁਛ ਨਿਸ਼ਾਨੀਆਂ ਉਹ ਸਰਕਾਰਾਂ ਦੀ ਹਲੇ ਉੱਥੇ ਪਈਆਂ, ਜਿਹੜਾ ਦਰਬਾਰ ਸਾਡੇ ਪਿੰਡ ਹੈ ਉਹਨਾਂ ਦਾ। ਹਾਂਜੀ। ਤੇ ਬਾਕੀ ਆਪਾਂ ਤੁਹਾਨੂੰ ਚੈਨਲ ਦੇ ਥਰੂ ਦੱਸ ਦਈਏ, ਤੇ ਜਿਹੜਾ ਪ੍ਰਤਾਪ ਰਾਣਾ ਕਲਾਕਾਰ ਆ, ਉਹ ਸਪੈਸ਼ਲ ਤੌਰ ਤੇ ਇਹਨਾਂ ਨੇ ਉੱਥੇ ਆਪਣੇ ਝੁੰਡਾਂ ਵਾਲੀ ਸਰਕਾਰ ਆ ਦਾਤਾ ਬਾਬਾ ਅਬਦੁੱਲੇ ਸ਼ਾਹ ਕਾਦਰੀ ਦਾ ਦਰਬਾਰ ਹੈ, ਉੱਥੇ ਇਹਨਾਂ ਨੇ ਸਪੈਸ਼ਲ ਤੌਰ 'ਤੇ ਪ੍ਰਤਾਪ ਰਾਣਾ ਕਲਾਕਾਰ ਮੰਗਾਇਆ ਸੀ। ਤੋ ਉਹਨਾਂ ਨੇ ਜਾ ਕੇ ਬਹੁਤ ਖੁਸ਼ੀ ਮਨਾਈ ਆ, ਉਹ ਕਹਿੰਦਾ ਮੰਗਾ ਸਿੰਘ ਜੀ ਵੀ ਜਿੱਦਣ ਦਾ ਅਸੀਂ ਉੱਥੇ ਦਰਬਾਰ 'ਤੇ ਮੰਗਿਆ ਅਤੇ ਮੇਰੇ ਦਿਹਾੜੀ ਦੇ 3-3 ਖਾੜੇ ਲੱਗਦੇ ਆ, ਅਤੇ ਅਬਦੁੱਲੇ ਸ਼ਾਹ ਕਾਦਰੀ ਇੰਡੀ ਕੁ ਮਤਲਬ ਮਹਾਨ ਹਸਤੀ ਪਹੁੰਚੀ ਹੋਈ ਆ, ਜੋ ਵੀ ਕਿਤੋਂ ਤੈਨੂੰ ਮੈਨੂੰ ਆਪਣਾ ਗੁੱਤਲ ਫੁੱਲ ਚੜਾਉਂਦਾ ਆ, ਅਤੇ ਉਹਨਾਂ ਨੂੰ ਦੁੱਗਣੇ ਤਿਗਣੇ ਦੇ ਕੇ ਜੀ ਉਹ ਤੋਰਦੇ ਆ ਦਾਤਾ ਸਰਕਾਰ। ਅਤੇ ਕਿਸੇ ਵੀ ਵੀਰ ਭਰਾ ਨੇ ਸੁੱਖ ਸੁੱਖ ਨਹੀਂ ਹੋਵੇ ਤਾਂ ਜੀ ਸਕੇ ਸੁੱਖ ਸਕਦਾ, ਤੁਹਾਡੀ ਹਰ ਮਨੋਕਾਮਨਾ ਪੂਰੀ ਹੋਈ। ਹਾਂਜੀ।
ਬਾਕੀ ਆਪਣਾ ਇਹਨਾਂ ਦਾ ਆਪਣਾ ਕੋਈ ਰਿਸ਼ਤੇਦਾਰੀ ਪੈਂਦੀ ਹਨਾ? ਰਿਸ਼ਤੇਦਾਰੀ ਜੀ ਮੇਰੇ ਸਕੇ ਭਾਣਜੇ ਸਾਡੇ ਇਹ, ਠੀਕ ਹੈ, ਤੇ ਬਾਕੀ ਜਿਹੜੇ ਨਾਲ ਖੜੇ ਬੰਦੇ ਸਾਰਾ ਪੂਰਾ ਆਪਣਾ ਪਰਿਵਾਰ ਹੈ ਜੀ ਇਹ, ਪਰਿਵਾਰ ਆਪਣਾ, ਹਾਂਜੀ ਪੂਰਾ ਪਰਿਵਾਰ ਆ, ਬਾਕੀ ਇਹ ਆਪਣਾ ਭਤੀਜਾ ਆ, ਹਾਂਜੀ ਇੱਧਰ, ਤੇ ਬੱਕਰੇ ਵੀ ਆਪਣੇ ਇੱਧਰ ਉੱਧਰ ਜਾਂਦੇ ਰਹਿੰਦੇ ਨੇ? ਹਾਂਜੀ ਹਾਂਜੀ ਜਾਂਦੇ ਰਹਿੰਦੇ, ਕੋਈ ਨਸਲ ਆਪਣੀ? ਬਸ ਅਸੀਂ ਇਹ ਸਾਤੋਂ ਲੈਂਦੇ ਅਸੀਂ ਇਹਨੂੰ ਲੈ ਜੀ ਦਿਆ, ਤੋ ਚਲੋ ਹਾਂਜੀ ਘਰ ਦਾ ਕੰਮ ਕੋਈ ਨਾ ਨੁਕਰੀ ਇਹੋ ਜੀ ਵੀ ਚੱਲ ਨਹੀਂ ਜੀ, ਜਦ ਮਰਜ਼ੀ ਦਿਆ ਨਾਲ ਰਾਤ ਆਉਣ ਤਾਂ ਪਹਿਲਾਂ ਵੀ ਦਰਵਾਜ਼ੇ ਖੋਲੇ ਤੇ ਹੁਣ ਵੀ ਖੋਲੇ, ਠੀਕ ਹੈ, ਹਾਂਜੀ ਹਾਂਜੀ, ਤੇ ਬਾਕੀ ਤੁਹਾਡੀ ਤਾਂ ਜ਼ਬਾਨ ਬਾਹਲੀ ਮਿੱਠੀ ਆ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਜ਼ਬਾਨ ਮਿੱਠੀ ਬਾਈ ਇਦਾਂ ਵੀ ਉਹ ਤੇ ਜੇ ਕਿਤੇ ਚੰਗੀ ਸਿੱਖਿਆ ਲਵਾਂਗੇ ਤਾਂ ਚੰਗਾ ਹੀ ਫਲ ਮਿਲਣਾ, ਮਾੜਿਆਂ ਦੀ ਆਪਾਂ ਨਾ ਸੰਗਤ ਕੀਤੇ ਤੇ ਨਾ ਰੱਬ ਕਰਾਵੇ, ਚੰਗਿਆਂ ਕੋਲ ਬੈਠੇ ਹਾਂ ਤਾਂ ਚੰਗਿਆਂ ਦੇ ਗੁਣ ਗਾਈਦੇ ਆ, ਤੇ ਸਭ ਤੋਂ ਜ਼ਿਆਦਾ ਪੀਰਾਂ ਫਕੀਰਾਂ ਦੇ ਆਸਰੇ ਤੁਰੇ ਫਿਰਦੇ ਹਾਂ, ਤੇ ਦਾਤਾ ਜਿਹਨੂੰ ਰੰਗ ਭਾਗ ਲਾਵੇ ਉਹ ਕਰਮਾਂ ਵਾਲੇ, ਤੇ ਦੁਬਾਰਾ ਤੁਹਾਡੇ ਚੈਨਲ ਦੇ ਥਰੂ ਫਿਰ ਦੱਸ ਦਈਏ ਚਾਚਾ ਅਸ਼ਰਫ ਗੁੱਜਰ ਪਾਕਿਸਤਾਨ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਅੱਛੀ ਇਨਸਾਨ ਆ, ਨਸਲਾਂ ਮੈਂ ਕਿਹਾ ਦੇਖੋ ਜੀ ਉਹਨਾਂ ਨੇ ਅਸਮਾਨੀ ਗੁੱਡੀਆਂ ਘੁਮਾਤੀਆਂ ਪਾਕਿਸਤਾਨੀਆਂ ਨੇ, ਬੱਕਰੀ ਕੱਢ ਲਈ, ਮੈਂ ਕਿਹਾ ਜੀ ਭੀੜੀਆਂ ਗਲੀਆਂ ਵਿੱਚੋਂ ਚਵਾਰਾਂ ਚੜੀਆਂ ਬੱਕਰੀਆਂ ਦਿਖਾਤੀਆਂ ਵੀ ਇੱਥੇ ਬੱਕਰੀ ਕਿਸੇ ਰੱਖੀ ਹੋਈ ਆ, ਸ਼ੌਂਕ ਹਾਂਜੀ ਹਾਂਜੀ, ਬਾਕੀ ਆਹ ਜਿਹੜਾ ਬੱਕਰਾ ਆ ਹਾਂਜੀ ਤੇ ਰੰਗ ਬੇਸ਼ੱਕ ਨਾਗਰਾ ਆ, ਨਾਗਰਾ ਰੰਗ ਆ ਜੀ, ਇਹ ਕਾਲਾ ਨਾਗਰਾ, ਤੇ ਉੱਤੋਂ ਇਹਦੀ ਟੂਈ ਕਾਲੀ ਆ, ਥੱਲੋਂ ਲੱਤਾਂ ਹਾਂਜੀ ਥੱਲੋਂ ਨਾਗਰਾ, ਠੀਕ ਹੈ, ਤੇ ਉੱਤੋਂ ਕਾਲਾ ਇਹਦੀ ਰੰਗ ਬਹੁਤ ਘੱਟ ਮਿਲਦਾ, ਇਹ ਕਾਟੋ ਇਦਾਂ ਮਿਲਦਾ ਵੀ ਪਹਿਲਾਂ ਚੱਲਦੇ ਸੀ ਤੇ ਉਦੋਂ ਮਤਲਬ ਉਦੋਂ ਮਿਲਦੇ ਆਹ ਮਿਲ ਜਾਂਦੇ ਸੀ, ਪਰ ਹੁਣ ਜੇ ਕੋਈ ਕਦੇ ਮੈਂ ਜਾਂਦਾ ਫੜ ਲਿਆ ਕਿਸੇ ਜਾ ਕੇ ਤੇ ਹੁਣ ਨਹੀਂ ਮਿਲਣੇ, ਹੁਣ ਆਹ ਬੱਕਰਾ ਇਸ ਬੱਕਰੀ ਇਸ ਏਰੀਏ ਵਿੱਚ ਜ਼ਿਲ੍ਹੇ ਜਲੰਧਰ ਦੇ ਵਿੱਚ ਬੱਕਰਾ, ਇਹਦੇ ਨਾਲ ਦਾ ਨਾਂ ਸੁਨੱਖਾ ਤੇ ਨਾਂ ਉਚਾਲਮਾ, ਕਿਸੇ ਕੋਲ ਮੇਰਾ ਖਿਆਲ ਨਹੀਂ, ਸਾਨੂੰ ਵੀ 3 ਸਾਲ ਹੋ ਗਏ ਬੱਕਰੇ ਨੂੰ ਦੇਖਦੇ ਨੂੰ, ਅਸੀਂ ਪਹਿਲੇ ਸਾਲ ਆਏ ਬੱਚਾ ਸੀ ਉਦੋਂ, ਬੱਚਾ ਸੀ, ਤੁਸੀਂ ਬੱਕਰਾ ਦੇਖ ਲਓ ਇਹਦਾ ਕੱਦ ਕਾਰ ਦੇਖ ਲਓ, ਕਿਸੇ ਵੀ ਬਹੁਤ ਹੈ ਜੀ, ਜਮਾ ਦੇਖ ਸਕਦੇ ਹੋ ਵੀ ਮੇਰੇ ਦਿਲੋਂ ਲੱਖ ਦੇ ਬਰਾਬਰ, ਕੋਈ ਕਹਿੰਦਾ 44-45 ਇੰਚ ਦਾ ਬੱਕਰਾ ਹੋਊ, ਉਹੀ ਗੱਲ ਕੋਈ ਕਹਿੰਦਾ ਵੀ ਲੱਖ ਬਰਾਬਰ ਬੱਕਰਾ, ਤੋ ਕਹਿਣਾ ਸੌਖਾ ਤੇ ਦਿਖਾਣਾ ਔਖਾ, ਜੇ ਆਪਾਂ ਦਿਖਾਉਂਦੇ ਆ ਚਲੋ ਲੱਖ ਮੇਰਾ ਕਿੱਥੇ ਆ, ਭਾਰੀ ਵੀ ਆ ਬੱਕਰਾ ਹੱਟ ਗੋਡੇ ਦਾ, ਸਭ ਕੁਝ ਦੇਖ ਲਓ ਜੀ, ਪਿੱਛਾ ਭਾਰੀ ਅੱਗਾ ਭਾਰੀ ਦੇਖ ਸਕਦੇ, ਚਾਰੇ ਚੂੜੇ, ਬਾਕੀ ਕਿਸੇ ਕੋਲੋਂ ਕੱਚ ਨਹੀਂ ਹੈਗਾ, ਜੋ ਕੋਈ ਰੰਗ ਦਾ ਕਵੇ ਚਲੋ ਰੰਗ ਤੋਂ ਉਸ ਰੱਬ ਦੇ ਆ, ਹਾਂ ਰੰਗ ਸਭ ਚੱਲਦੇ ਆ, ਤੇ ਨਸਲਾਂ ਨੂੰ ਬਖਸ਼ਾਂ, ਨਸਲ ਚੰਗੀ ਆ ਤਾਂ ਬੱਕਰੇ ਆ, ਨਹੀਂ ਤਾਂ ਬੱਕਰੇ ਨੂੰ ਕੌਣ ਪੁੱਛਦਾ, ਕੁਆਲਿਟੀ ਬਹੁਤ ਹੈ, ਕੁਆਲਿਟੀ ਬਾਕੀ ਤੁਸੀਂ ਹਰੇਕ ਚੀਜ਼ ਦੇ ਤੋਰ ਕੇ ਦੀ, ਤੋਰ ਕੇ ਦਿਖਾ ਦਿਓ ਬੱਕਰਾ, ਤੋਰ ਕੇ ਦੇਖ ਲਓ ਮਾੜਾ ਜਿਹਾ, ਛੱਡ ਦਿਓ ਇੱਧਰ ਨੂੰ ਭਾਈ, ਕਰਦੇ ਗਰਮੀ ਕਰਕੇ ਭਾਈ, ਗਰਮੀ ਥੱਲਾ ਵੀ ਚੰਗਾ ਬੱਕਰੇ ਦਾ, ਮੋਟੇ ਨਾਲ ਆਉਂਦਾ, ਆਹ ਦੇਖੋ ਇੰਨਾ ਮੋਟਾ ਨਾਲ ਛੇਤੀ ਮਿਲਦਾ ਨੀ, ਤੇ ਬਰੀਕ ਪੂਛ ਹੈ, ਹਨਾ ਪੂਛ ਹੈ, ਤੂੰ ਯਾਦ ਦੇ ਲਓ ਵੀ ਕੋਣੀ ਜਿੰਨੀ ਤੇ ਪੂਛ ਦੀ ਪੂਛ, ਹਾਂ ਦੇਖ ਸਕਦੇ ਹੋ ਕੋਣੀ ਲੰਮੀ ਪੂਛ ਹੈ, ਫੁੱਟਦਾ ਪੁੰਜੜ ਹੈ, ਚੀਜ਼ਾਂ ਮੇਨ ਦੇਖਣ ਹੁੰਦੀਆਂ ਪੂਛ ਹੁੰਦੀ ਹੈ ਨਾਲ ਹੁੰਦੀ ਹੈ, ਨੱਕ ਨੂੰ ਕੋੜਾ, ਤੇ ਇਹਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਹੈਗੀ, ਹਾਂਜੀ ਹਾਂ, ਜਮਾ ਸਾਰ ਵੀ ਬੁਰਾ ਸੀ, ਗੱਲ ਨਹੀਂ ਚਲੋ ਗਰਮੀ ਉਹ ਥੋੜਾ ਘਟ ਹਿਲਦਾ ਘਟ ਤਾਂ ਆ, ਹਾਂਜੀ ਸਾਰੀ ਗੱਲ ਬੁਰਾ, ਤੇ ਆਪਾਂ ਹੋਰ 2-4 ਬੱਕਰੀਆਂ ਦਿਖਾਉਣੀਆਂ ਪਾਈਆਂ ਨੇ, ਲੋਕ ਇੱਥੇ ਲੱਗੀ ਹੈ ਜੀ, ਇੰਨੀ ਲੱਤ ਵੀ ਆਮ ਬੱਕਰੀ ਦੀ ਕਿਸੇ ਨਹੀਂ ਮੋਟੀ ਹੁੰਦੀ, ਠੀਕ ਹੈ ਜੀ, ਆ ਦੇਖ ਲਓ ਮੋਟੀ ਲੱਤ ਹੈ, ਮੋਟੀ ਲੱਤ ਦੇ ਲਓ, ਆ ਦੇਖ, ਆ ਦੇਖ ਲਓ ਜੀ, ਤੇ ਬੱਚੇ ਕਿਉਂ ਨੇ ਇਦਾਂ ਦੇ ਹੋਣਗੇ, ਹਾਂਜੀ ਭਾਰੀ ਬੱਚੇ ਕੱਢਣਾ ਬੱਕਰਾ, ਮੋਟੇ ਗੋਡੇ ਦਾ ਕੋਈ ਇਸ ਵਿੱਚ ਕਮੀ ਪੇਸ਼ ਨਹੀਂ ਹੈਗੀ, ਆ ਪੂਰਾ ਬਾਜ ਨਾਲ ਲੱਦੇ ਲੋਕ ਰਹੇ, ਬੈਠਾਂ ਜੀ ਵਰ ਕੇ ਤਾਂ ਬੋਲਿਆ, ਬਲਾ ਕੁਆਂਟਲ ਤੋਂ ਉੱਪਰ ਹੋਊਗਾ ਜੀ, ਹਾਂਜੀ ਚਲੋ ਉਹ ਤਾਂ ਹੁਣ ਇਹਦੇ ਬਾਰੇ ਨਹੀਂ ਕਰਦੇ, ਖਰਾਕ ਵੀ ਪਾਈ ਹੋਈ ਦੱਸਦੀ ਹੈ ਬੱਕਰਾ, ਖਰਾਕ ਇਦਾਂ ਬਾਈ ਵੀ ਤੁਹਾਨੂੰ ਪਤਾ ਵੀ ਜਿਹਨੇ ਸ਼ੌਂਕ ਨਾਲ ਰੱਖਿਆ ਤਾਂ ਇਹ ਕੁਛ ਨਾ ਕੁਛ ਪਾਣਾ ਪੈਂਦਾ, ਦੁੱਧ ਜਾਂ ਨਸਲ ਦੇਣਾ ਤਾਂ ਜਾਂ ਸਾਂਭ ਸੰਭਾਲ ਦੇਣਾ, ਆਹ ਗੱਲਾਂ ਜੀ, ਤੇ 2-4 ਆਪਾਂ ਬੱਕਰੀਆਂ ਵੀ ਦਿਖਾਉਣੇ ਆ ਬਾਈ ਦਾ, ਆ ਜਾਓ ਬਾਈ ਗੋਪੀ, ਤੇ ਆਹ ਬੱਕਰੀ ਬਾਰੇ ਦੱਸ ਬਾਈ ਕਿਹੜਾ ਰੰਗ ਹੈ ਆਪਣਾ, ਇਹ ਦੱਸ ਦਿਓ, ਪੱਕੀ ਲੋਹੀ ਆ, ਬੱਚਾ ਦੇਖ ਸਕਦੇ ਹੋ ਬਾਈ,
ਬੱਕਰੇ ਵੱਡੇ ਦਾ ਮੋਟਾ ਥਾਣਾ ਤੇ ਆ ਬਰੀਕ ਜਮਾ ਹਾਂ ਦੇਖ ਸਕਦੇ ਹੋ ਇਹ ਅਸਲੀ ਹੈ ਜਮਾ ਨਿੰਬੂ ਨੁਚੜੂਗੀ ਦੇਖ ਸਕਦੇ ਹੋ ਮੋਟਾ ਥਾਣਾ ਤੇ ਪੋਲੀ ਧਾਰ ਹੈ ਦੇਖ ਪਿਓਰ ਅਸਲੀ ਬੱਕਰੀ ਹੈ ਇਹ ਦੁੱਧ ਵਾਲੀ ਹਾਂਜੀ ਹਾਂ ਦੇਖ ਸਕਦੇ ਹੋ ਬਾਈ ਪਿਓਰ ਅਸਲੀ ਚੱਡਾ ਹੈ ਜੀ ਬੱਕਰੀਆਂ ਦਾ ਦੇਖ ਸਕਦੇ ਹੋ ਤੇ ਬੱਤ ਦਾ ਥਾਣਾ ਕੋਈ ਜ਼ਿਆਦਾ ਲੰਬਾ ਵੀ ਥਣ ਨਹੀਂ ਚੰਗੀਆਂ ਨੇ ਲਗਭਗ ਬਾਈਆਂ ਦੀਆਂ ਦੂਰੇ ਹੱਡ ਦੀਆਂ ਨੇ ਤੇ ਚਾਰੇ ਚੂਲੇ ਇੱਕ ਸਿਆਰ ਬੱਕਰੀਆਂ ਨੇ ਦਾਣਾ ਪਕਾ ਸੱਜਰ ਸੂਈ ਕਾੜਾ ਕੂੜਾ ਦੇ ਦਿੰਦਾ ਗਰਮੀ ਚ ਤਾਂ ਨੀ ਦਿੰਦੇ ਕਾੜਾ ਦੇ ਵੀ ਦਿੰਦੇ ਥੋੜਾ ਬਾਲਾ ਠੀਕ ਹੈ ਪਿਛਲੇ ਸਾਲ ਵੀ ਦੇਖੀ ਸੀ ਦੇਖ ਸਕਦੇ ਬਾਈ ਲੰਬਾ ਕੰਨ ਬੱਕਰੀ ਦਾ ਤੇ ਦੂਰੇ ਦੋ ਛੀਲੀਆਂ ਲੈ ਕੇ ਆਈਆਂ ਤੇ ਲੰਬਾ ਕੰਨ ਬਦਾਮੀ ਸਿੰਘ ਚੌਕ ਨੇ ਪਿੰਡੇ ਹਾਂਜੀ ਇਹ ਦੋਏ ਭੈਣਾਂ ਨੇ ਇਹ ਤਾਂ ਜਮਾਈ ਤਸਵੀਰ ਹੈ ਕਾਲੀ ਨਾਗਰੀ ਕੱਕੇ ਕੋਲੇ ਵਰਗੀ ਦੇਖ ਸਕਦੇ ਹੋ ਪਿਓਰ ਨਾਗਰੀ ਪੱਠ ਹੈ ਕਾਲੀ ਨਾਗਰੀ ਹਨਾ ਜੀ ਦਾਣਾ ਫੱਕਾ ਪਾਉਂਦੇ ਆ ਨਸਲ ਚੰਗੀ ਆ ਤੇ ਬਾਕੀ ਜਿੱਦਾਂ ਤੁਹਾਨੂੰ ਜਾਨਵਰ ਉਹ ਤਾਂ ਬਾਕੀ ਜਿਹੜੇ ਤਾੜੀ ਜਿਹੜੇ ਤਾੜੀ ਆ ਬੰਦੇ ਨੂੰ ਤਾੜੀ ਲੈਣੀ ਆ ਕਿਹੜਾ ਜਾਨਵਰ ਆ ਆ ਲੈ ਕੇ ਆਈ ਬੱਕਰੀ ਤੇ ਹੋਰ ਦਿਖਾ ਦੋ ਬੱਕਰੀ ਆ ਲੈ ਆ ਡੱਬੀਆਂ ਲੈ ਆਓ ਆ ਡੱਬੀਆਂ ਲੈ ਇਹ ਡੱਬੀਆਂ ਆ ਗਈਆਂ ਆਪਣੀਆਂ ਹਨਾ ਜੀ ਇਹਦਾ ਫੈੜੇ ਪੱਠਾ ਮਤਲਬ ਹਨਾ ਹਾਂਜੀ ਫੈੜੇ
ਬਾਕੀ ਦੁੱਧ ਦੇਣਾ ਹੈਗਾ ਨਸਲ ਨੇ, ਠੀਕ ਹੈ ਜੀ। ਜੇ ਕਹੀਏ ਮੰਨ ਲਓ ਜਿਹਨਾਂ ਦੁੱਧ ਦੇਣਾ ਆ ਉਹਨਾਂ ਨੇ ਦੋ ਦੰਦ ਵਿੱਚ ਵੀ ਦੇ ਦੇਣਾ, ਜਿਹਨਾਂ ਨਹੀਂ ਦੇਣਾ ਤਾਂ ਉਹਨਾਂ ਛੇ ਚ ਵੀ ਦੇਣਾ। ਉਹੀ ਗੱਲ ਕਰਦੇ ਵੀ ਮੇਨ ਤਾਂ ਹੈਗਾ ਜੀ ਨਸਲ, ਨਸਲ ਤੇ ਸੇਵਾ, ਬਸ ਕੱਦ ਕਾਠ ਰਹੀ ਮੈਂ ਨਾ ਰੱਖਦੇ ਸ਼ੌਂਕ ਨਾਲ ਰੱਖ ਲਓ, ਕੱਟ ਥੋੜੀਆਂ ਰੱਖ ਲਓ, ਜੇ 20 ਰੱਖਣੇ 10 ਰੱਖ ਲਓ, ਚੰਗੀਆਂ ਰੱਖ ਲਓ। ਤੇ ਗੱਲ ਤਾਂ ਵੀ ਚੰਗੀ ਨਸਲ ਕੋ, ਬਸ ਮੇਨ ਤਾਂ ਗੱਲ ਹੈ ਜੀ, ਮੇਨ ਬੱਕਰੇ ਦੀ ਹੈ, ਬੱਕਰਾ ਚੰਗਾ ਛੱਡੋ ਤਾਂ ਨਸਲ। ਆ ਲੈ ਬਈ ਆ ਬੱਕਰਾ ਦਿਖਾ ਦੇ, ਆ ਬੱਕਰਾ ਖਾ ਦੇ, ਆ ਕਾਲਾ ਆ ਗਿਆ, ਕਾਲਾ ਬੱਕਰਾ ਦੇਖ ਸਕਦੇ ਹੋ, ਬੱਕਰਾ ਇਹ ਵੀ ਬਾਈ ਦਾ ਚੰਗਾ ਹੈ ਹਨਾ, ਚੱਪਾ ਬੱਕਰਾ ਜਮਾ 10 ਲੱਖ ਦੇ ਵਿੱਚ, ਤੇ ਕੁੰਡਾ ਨਕੌੜਾ, ਕੰਨ ਕੁੰਨ ਬਹੁਤ ਲੱਗਿਆ, ਇਹ ਕਾਲਾ ਆ ਗਿਆ ਹਨਾ ਜੀ, ਆ ਬੂਰਕ ਨਹੀਂ ਫੜਿਆ, ਇਹ ਵੀ ਘਰ ਦੇ ਰੱਖਿਆ ਹੋਣਾ ਇਹਨਾਂ ਨੇ, ਆ ਬੂਰਕ ਨਹੀਂ ਫੜ ਲਿਆ, ਠੀਕ ਹੈ ਇਹ ਵੀ ਬੱਕਰਾ, ਜਿੰਨੇ ਵੀ ਨੇ ਬਚਾਗੇ ਪੱਠਾ, ਬੱਕਰੀਆਂ ਬੱਕਰੇ ਸਭ ਘਰ ਦੇ ਹੀ ਆ, ਘਰ ਦੇ ਪਾਲੇ ਆ, ਕਰਦਾ ਜਾਨਵਰ ਜਿਆਦਾ ਮੁੱਲ ਲੈਣ ਦੀ ਸਕੀਮ ਨਹੀਂ, ਮੁੱਲ ਵੀ ਕਿਤੇ ਹੋ ਗਿਆ ਜੇ ਮਤਲਬ ਮਾੜਾ ਕੁਝ ਦਿਲ ਤੇ, ਹਾਂ ਚੰਗੀ ਚੰਗੀ ਲੈਣੀ, ਇਹ ਨਹੀਂ ਵੀ ਜਿਹੜੀ ਤੁਸੀਂ ਜਿੱਥੋਂ ਦੇਖੀ ਉੱਥੇ ਫੜ ਲੈਣੀ, ਨਾ ਉਹ ਕੰਮ ਉਹ ਨਹੀਂ, ਵਪਾਰੀਆਂ ਵਾਲਾ ਕੰਮ, ਨਾ 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 ਵਪਾਰੀਆਂ ਕੰਮ ਨਹੀਂ, ਇਹ ਨਹੀਂ ਦੇਖੇ ਜਿੱਥੋਂ ਦੇਖੀ ਉੱਥੋਂ ਫੜ ਲਈ, ਚੰਗੀ ਲੈਣੀ ਤੇ ਵੀ ਉਹਨਾਂ ਦੀਆਂ ਨੇ, ਅੱਛਾ ਇਕੱਠੀਆਂ ਆਪਣੇ ਇਕੱਠੀਆਂ ਜਿੱਦਾਂ ਆਪਾਂ ਇਕੱਠੀ ਇੱਕੋ ਪਰਿਵਾਰ ਆ ਜਿੱਦਾਂ, ਅੱਛਾ ਇਹ ਵੀ ਕਾਲੀ ਪੱਠ ਬੜੀ ਕਾਲੀ ਪੱਠ ਦੇਖ ਸਕਦੇ ਹੋ, ਜਮਾ ਬਰੀਕ ਨੇ ਹਨਾ ਜੀ, ਹਾਂਜੀ ਮੋਟੀਆਂ ਨਹੀਂ ਹੁੰਦੀਆਂ ਜ਼ਿਆਦਾ, ਇਹ ਨਹੀਂ ਬਾਈ ਬਰੀਕ ਚਮੜੀ ਦੀਆਂ ਨੇ, ਫਿਰ ਜਾਨ ਫੜ ਜਾਂਦੀਆਂ ਨੇ, ਉਦੋਂ ਜਾਨ ਫੜ ਜਾਂਦੀਆਂ ਨੇ, ਹਾਂਜੀ ਉਹੀ ਅਸਲੀ ਬੱਕਰੀਆਂ ਨੇ ਬਾਈ ਜਿਹੜੀਆਂ ਦੁੱਧ ਨੂੰ ਨੁੱਚੜਨਾ। ਇਹ ਕਿੰਨੇ ਸੂਏ ਲੈ ਲਏ ਤੋਂ ਬਾਈ? ਇਹ ਬਾਈ ਦੂਜੇ ਸੂਏ ਸੂਈ ਹੈ, ਅੱਛਾ ਨਵੀਂ ਹੈ ਪੱਠ, ਹਾਂਜੀ ਠੀਕ ਹੈ, ਬੱਚੇ ਦੋ ਦਿੱਤੇ ਹੁਣੇ? ਹਾਂ ਬੱਚੇ ਦੋ ਆ ਬਾਈ, ਘਰੇ ਆਓ, ਦੱਸਦੀ ਹੈ ਬੱਕਰੀ, ਇਹ ਵੀ ਛੱਡ ਦਿਓ ਬਾਈ, ਆ ਗਈ ਬੂਰ ਕੰਨੀ ਚਖਰਾਣਾ ਨਸਲ, ਇਹ ਕਿਵੇਂ ਬਣੀ ਹੈ ਜੀ ਆਪਣੇ? ਇਹ ਬਣੀ ਇੱਦਾਂ ਵੀ ਬੱਕਰਾ ਸਾਡੇ ਤੋਂ ਇੱਕ ਆਇਆ ਸੀਗਾ, ਉਹਦੇ ਕਰਕੇ ਇੱਦਾਂ ਬਣ ਗਈ ਹੈ ਬੂਰਕਨੀ, ਬਾਕੀ ਜ਼ਿਆਦਾ ਕਰਕੇ ਅਸੀਂ ਬੂਰਕਨੀ ਦੇ ਨਹੀਂ ਸ਼ੌਕੀਨ, ਆਪਾਂ ਦੇ ਕੇ ਕਾਲੀਆਂ ਲੈ ਲੈਣ, ਤੁਹਾਨੂੰ ਪਤਾ ਹੀ ਹੈ ਕਾਲੀਆਂ ਲੈ ਲੈਣ ਦਾ ਜ਼ਿਆਦਾ ਸ਼ੌਕੀਨ ਹੈ ਬੂਰਕਨੀ, ਇਹ ਆਪਣੀ ਜਗ੍ਹਾ ਚੰਗੀ ਹੈ, ਬੱਕਰੀ ਦੀ ਮਤਲਬ ਸ਼ਕਲ ਜਾਂ ਕੋਈ ਰੰਗ, ਇਹ ਦੁੱਧ ਨੂੰ ਬੜੀਆਂ ਚੰਗੀਆਂ ਨੇ, ਦੁੱਧ ਨੂੰ ਚੰਗੀਆਂ, ਜਾਣੀ ਕਿ ਇੱਦਾਂ ਵੀ ਚਲੋ ਹੈਗੀਆਂ ਚੰਗੀਆਂ, ਬੱਕਰੀ ਕੋਈ ਨਹੀਂ ਮਾੜੀ ਹੁੰਦੀ, ਮਾਲਕ ਹੀ ਮਾੜਾ ਹੁੰਦਾ, ਮਾਲਕ ਮਾੜਾ, ਜਿਹੜਾ ਮਾਲਕ ਚੰਗਾ ਉਹਦੀ ਬੱਕਰੀ ਚੰਗੀ, ਬਰਾਦਰੀ ਨੇ ਤਾਂ ਮੈਂ ਨਾ ਰੱਖਦੀ ਵੀ, ਜਾਂ ਕੋਈ ਵੀ ਬਰਾਦਰੀ ਆ, ਬਰਾਦਰੀਆਂ ਸਾਰੀਆਂ ਰੱਖਦੀਆਂ ਬੱਕਰੀਆਂ, ਸ਼ਾਮੇ ਨਹੀਂ ਕਰਨੀ ਆਪਾਂ, ਹਾਂਜੀ ਉਹਦੇ ਵਿੱਚ ਇਹ ਨਹੀਂ ਕਿਹਾ ਜਾਂਦਾ ਵੀ ਮੈਂ ਇਸ ਬਰਾਦਰੀ ਬੰਦਾ ਵੀ ਤਾਂ ਬੱਕਰੀ ਚੰਗੀ ਆ, ਬੱਕਰੀ ਦੇ ਵਿੱਚ ਬੱਕਰੀ ਨਹੀਂ ਮੈਂ ਨਾ ਰੱਖਦੀ, ਬਰਾਦਰੀ ਨਹੀਂ ਮੈਂ ਨਾ ਰੱਖਦੀ, ਸੇਵਾ ਔਰ ਨਸਲ, ਥੱਲਾ ਦਿਖਾ ਦੇ ਬਾਈ, ਇਹਦਾ ਥਣ ਦਿਖਾ ਦੇ, ਇਹਦੇ ਆ ਲਓ ਬਾਈ ਥੱਲਾ ਦਿਖਾ ਦੇ ਬਾਈ, ਬੱਕਰੀ ਆ ਦੇਖ ਸਕਦੇ, ਮੂਲਿਆਂ ਵਰਗੇ ਥਣ ਨੇ, ਇਹੋ ਜਿਹੇ ਥਣ ਘੱਟ ਮਿਲਦੇ ਨੇ, ਇਸ ਤਰ੍ਹਾਂ ਆਹ ਦੇਖੋ ਬਾਈ, ਮਤਲਬ ਚੋਈ ਹੋਈ ਹੈ ਹਨਾ ਜੀ, ਕੋਈ ਐਖੜ ਨੀ ਬਾਈ, ਕੋਈ ਬੰਦਾ ਕਹਿ ਦੇ ਐਖੜ ਆ ਦੇਖ ਸਕਦੇ, ਜਮਾ ਮੋਟੇ ਥਣ ਨੇ ਬੱਕਰੀਆਂ ਦੇ, ਆ ਪਛਾੜੋ ਦਿਖਾ ਦੋ, ਆ ਦੇਖ ਲੋ ਬਾਈ, ਲੋਕ ਕਹਿੰਦੇ ਥਣ ਖਤਮ ਹੋ ਗਈ, ਖਤਮ ਹੋ ਗਏ, ਆ ਦੇਖ ਲੋ ਮੋਟਾ ਥਣ, ਤੇ ਜ਼ਿਆਦਾ ਲੰਬਾ ਨੀ, ਜ਼ਿਆਦਾ ਛੋਟਾ ਨੀ, ਬੱਤ ਦਾ ਤੇ ਦੁੱਧ ਵਾਲੀਆਂ ਬੱਕਰੀਆਂ ਕੋ ਬਿਲਕੁਲ, ਹਾਂ ਚਮੜੀ ਜਮਾ ਬਰੀਕ, ਤੇ ਪੂਛਾਂ ਵੀ, ਪੂਛਾਂ ਬਿਲਕੁਲ ਬਰੀਕ ਹੈ ਬਿਲਕੁਲ, ਹਾਂ ਇਹ ਅਸਲੀ ਬੱਕਰੀਆਂ ਨੇ ਜੀ, ਬਰੀਕੀਆਂ ਆਹੀ ਦੇਖਣ ਵਾਲੀਆਂ ਨੇ ਬਾਈ, ਆਪਾਂ ਤਾਂ ਇਹੀ ਸਮਝਾਉਂਦੇ ਹਾਂ, ਚੰਗੀ ਰੱਖੋ ਨਾ ਘੱਟ ਰੱਖ ਲਓ, ਅਤੇ ਆ ਗਈ ਲੋਹੀ ਦੇਖ ਸਕਦੇ ਹੋ, ਸੁਰਖਾ ਇਹ ਵੀ ਜਮਾ ਬਰੀਕ ਹੈ ਜੀ, ਲਓ ਬਾਲ ਨਹੀਂ ਬੱਕਰੀ ਦੇ ਪਿੰਡੇ 'ਤੇ, ਆਹ ਦੇਖੋ ਬਰੀਕੀਆਂ, ਹਾਂਜੀ ਪਿਓਰ ਹੈ ਜਮਾ, ਬਦਾਮੀ ਸਿੰਘ ਦੇਖ ਲਓ ਬਾਈ, ਪਿਓਰ ਕੁਆਲਿਟੀਆਂ ਦਿਖਾਵਾਂਗੇ ਤੁਹਾਨੂੰ, ਦੁਆਬੇ ਦੇ ਇਲਾਕੇ ਦੇ ਵਿੱਚ, ਦੁਆਬੇ ਇਲਾਕੇ ਦੀਆਂ ਬੱਕਰੀਆਂ, ਚੱਕੋ ਅੱਜ ਤੁਹਾਨੂੰ ਮੰਗਾ ਬਾਈ ਸਾਰੀਆਂ ਕੁਆਲਿਟੀਆਂ, ਆਹ ਦੇਖ ਲਓ ਜੀ,
ਦੇਖੋ ਬਰੀਕ ਪਿੰਡਿਆ ਤੁਹਾਨੂੰ ਦੱਸ ਦਿਆ ਦੇ ਲੋ ਜਿੱਥੋਂ ਮਰਜ਼ੀ ਫੜ ਲਓ ਮੋਟੇ ਪਾਸੇ ਜਿੱਥੋਂ ਮਰਜ਼ੀ ਹਾਂਜੀ ਦੱਸਦੀ ਆ ਬੱਕਰੀ ਖੜੀ ਵੀ ਮੈਂ ਵੀ ਕੁਛ ਹੈਗੀ ਆ ਦੇਖੋ ਕਾਲੀ ਦੂਜਾ ਹੋਰ ਲਿਆਓ ਬਾਈ ਆ ਮੀਣੀ ਲਿਆ ਮੀਣੀ ਕੜੀਆ ਨਸਲਾਂ ਨੂੰ ਬਖਸ਼ ਆਉਂਦੀਆਂ ਤੇ ਬੱਕਰੀਆਂ ਤੋਂ ਚੰਗੀਆਂ ਬਣਦੀਆਂ ਤੈਨੂੰ ਪਤਾ ਹੀ ਆ ਜਿੱਥੇ ਦੇਖ ਲਓ ਲਓ ਮੇਰਾ ਖਿਆਲ ਹੈ ਵੀ ਚਲੋ ਨਹੀਂ ਵੱਢੀਆਂ ਜਾਂਦੀਆਂ ਉਹ ਗੱਲ ਵੱਖਰੀ ਆ ਨਹੀਂ ਤਾਂ ਹੈਗੀਆਂ ਵੱਢਣ ਵਾਲੀਆਂ ਆ ਉਹ ਕਈ ਕਹਿੰਦੇ ਨੇ ਵੀ ਸਿੰਘ ਹੋਵੇ ਮੈਂ ਤਾਂ ਇੱਦਾਂ ਦਾ ਤੇ ਵਿੱਚ ਰੁਪਈਏ ਲੰਘਦਾ ਤੇ ਸਾਡਾ ਵੀ ਉਂਗਲੀ ਲੰਘ ਜੀ ਦੇਖ ਲਓ ਤੇ ਦੋਨੇ ਇੱਕੋ ਨਸਲ ਦੀਆਂ ਇਹ ਦੋ ਦੇਖੋ ਬਾਈ ਆ ਪਿੰਡੇ ਦੇਖ ਲਓ ਇਹਨਾਂ ਦੇ ਜਮਾ ਬਰੀਕ ਬਾਈ ਇਹ ਅਸਲੀ ਨੇ ਬਾਈ ਪੁਰਾਣੀਆਂ ਬੱਕਰੀਆਂ ਦੇਖ ਕੋਈ ਨਹੀਂ ਓਕੇ ਪਿਓਰ ਬੱਕਰੀਆਂ ਦਿਖਾਤੀਆਂ ਜੀ ਅੱਜ ਤੁਹਾਡੇ ਦਬਾਬੇ ਲੱਗ ਦਬਾਬੇ ਦੇ ਦੇਖੋ ਬਾਕੀ ਦੂਜੀ ਗੱਲ ਇਹ ਖਾਸ ਗੱਲ ਇਹ ਆ ਸਾਰੀਆਂ ਬੱਕਰੀਆਂ ਦਿਖਾ ਦੇ ਤੇ ਬਾਕੀ ਸਾਰੀਆਂ ਤੇ ਇੱਕ ਵਾਰ ਕੈਮਰਾ ਮਾਰ ਦੇ ਤੇ ਆਹ ਦਿਖਾ ਦੋ ਸ਼ੀਲਾ ਜੀ ਆ ਜਾਵਰਾ ਆ ਦੇਖ ਲੋ ਸ਼ੇਲਾ ਹਨਾ ਇਹ ਨਵਾਂ ਰੱਖਿਆ ਬਾਈ ਹਾਂਜੀ ਨਵਾਂ ਰੱਖਿਆ ਉਸੇ ਬੱਕਰੇ ਦਾ ਇਹ ਉਸੇ ਬੱਕਰੇ ਦਾ ਇਹ ਕਾਲਾ ਆ ਗਿਆ 3 ਮਹੀਨੇ ਦਾ ਬਾਈ ਇਹ ਹਾਂਜੀ ਇਹ ਪਿੰਡਾ ਸਾਰਾ ਝਾੜ ਜੂ ਹਨਾ ਉਹਦਾ ਮੈਂ 2 ਮਹੀਨਿਆਂ ਦਾ ਹੋਟਾ 1 ਮਹੀਨੇ ਦਾ ਹਾਂ 2 ਮਹੀਨਿਆਂ ਦਾ ਹੋਣਾ ਮੇਰੇ ਖਿਆਲ ਹਾਂ ਦੁੱਧ ਪੀਂਦਾ ਹੋਊ 3 ਮਹੀਨੇ ਦੇ ਕਰੀਬ ਆ ਬਾਈ ਅੱਛਾ ਇਹ ਛੋਟਾ ਛੋਟਾ ਪਾ ਰਹੇ ਹੁਣ ਠੀਕ ਆ ਚੰਗਾ ਸ਼ੇਲਾ ਬਣਨ ਵਾਲਾ ਦੇਖ ਸਕਦੇ ਹੋ ਨੱਕ ਨਕੌੜਾ ਪੂਰਾ ਐਨ ਓਰੀਜਨਲ ਤੇ ਬਾਕੀ ਆ ਗਾਨੀਆਂ ਕਿੱਥੋਂ ਲਿਆਂਦੀਆਂ ਨੇ ਬਾਈ ਇਹ ਆਪਣੀਆਂ ਇਹ ਪਾਕਿਸਤਾਨ ਤੇ ਦਾ ਮਾਮਾ ਜੀ ਦੀ ਬਦੌਲਤ ਤੇ ਸਾਰਾ ਕੁਝ ਇਹਨਾਂ ਨੇ ਲਿਆ ਕੇ ਦਿੱਤੀਆਂ ਨੇ ਦੇਖ ਸਾਰੀਆਂ ਇਦਾਂ ਬਾਈ ਵੀ ਚਲੋ ਸ਼ੌਂਕ ਮੈਂ ਤੁਹਾਨੂੰ ਆਪਣੀ ਵੀਡੀਓ ਵਿੱਚ ਦੱਸਿਆ ਇਹ ਆਪਣੇ ਭਾਣਜੇ ਦੀ ਬੱਕਰੀਆਂ ਆਪਾਂ ਨੂੰ ਸ਼ੌਂਕ ਗਾਨੀਆਂ ਬਹੁਤ ਪਾਕਿਸਤਾਨ ਤੋਂ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੁਹੰਮਦ ਉਸਮਾਨ ਦਾ ਲਹਿਰੀ ਵਾਲੀਆਂ ਗਾਨੀਆਂ ਨੇ ਹਾਂਜੀ ਲਹਿਰੀ ਵਾਲੀਆਂ ਤੇ ਇਹ ਵਾਲੀਆਂ ਚੀਜ਼ਾਂ ਮੈਂ ਆਪਣਾ ਪਹਿਲਾਂ ਇਹ ਸੋਚਿਆ ਸੀ ਵੀ ਪਹਿਲਾਂ ਖਾਸ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਬੰਦੇ ਦਵਾਂਗੇ ਹਾਂਜੀ ਹਾਂ ਆਪਣੇ ਨੂਰਮਹਿਲ ਦੇ ਵਿੱਚ ਠੰਡਾਤੀਆਂ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਦੁਬਾਰੋਂ ਮੈਂ ਪਹਿਲਾਂ ਨੂਰਮਹਿਲ ਦੇ ਵਿੱਚ ਔਰ ਆਪਣੇ ਭਾਣਜਿਆਂ ਨੂੰ ਇਹ ਆਪਣੇ ਭਾਣਜੇ ਆ ਸਿਆਣ ਗੱਲ ਨੀ ਮੰਗਾਉਣੀ ਪਹਿਲਾਂ ਕਿੱਥੇ ਜਾਂਦੀਆਂ ਨੇ ਪਾਕਿਸਤਾਨ ਤੋਂ ਇਹ ਪਾਕਿਸਤਾਨ ਤੋਂ ਪਹਿਲਾਂ ਆਪਣੇ ਦੋਸਤ ਮੇਰੇ ਨਾਲ 16 ਬੰਦੇ ਪਾਕਿਸਤਾਨ ਦੇ ਕੰਮ ਕਰਦੇ ਉਹ ਲੈ ਕੇ ਆਉਂਦੇ ਆਪਣੇ ਮੇਰੀਆਂ ਕਤਰ ਨੂੰ ਕਤਰ ਤੋਂ ਮੈਂ ਕਾਰਗੋ ਕਰਦਾ ਘਰ ਕਈ ਵੇਲੇ ਆਪਣੇ ਘਰ ਵਾਸ ਤੇ ਦੋ ਤਿੰਨ ਸਟੇਟਾਂ ਟੱਪ ਕੇ ਫੇਰ ਆਉਂਦੀਆਂ ਨੇ ਦੋ ਤਿੰਨ ਸਟੇਟਾਂ ਟੱਪ ਕੇ ਆਉਂਦੀਆਂ ਇਹਦਾ ਸੱਤ ਸਮੁੰਦਰ ਟੱਪ ਕੇ ਕਰਨ ਵਾਲੀ ਗੱਲ ਹੈ ਮੇਰਾ ਬਾਈ ਵੀ ਸ਼ੌਂਕ ਵਾਸਤੇ ਰੱਖਿਆ ਆਪਾਂ ਕਤਰ ਵੀਡੀਓ ਤੁਹਾਨੂੰ ਦੱਸਦੀ ਆਪਾਂ ਵੀ ਚਲੋ ਸੇਲ ਨਹੀਂ ਕਰਦੇ ਹੈਗੇ ਤਾਂ ਵੈਸੇ ਸ਼ੌਂਕ ਵਾਸਤੇ ਕੋਈ ਵੀ ਫੋਨ ਲਾਗੇ ਕੋਈ ਲੈਣਾ ਚਾਹੁੰਦਾ ਹੋਵੇ ਸ਼ੌਂਕ ਵਾਸਤੇ ਲੈਣਾ ਚਾਹੁੰਦੇ ਦੇ ਸਕਦੇ ਆ ਔਰ ਦੂਜਾ ਪੁੱਛਣਾ ਚਾਹੁੰਦਾ ਕੋਈ ਪੁੱਛ ਸਕਦਾ ਪਰ ਮੈਂ ਵੇਚਦਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਇਹ ਘੱਟੋ ਘੱਟ 3 ਲੱਖ ਰੁਪਏ ਦਾ ਗਾਨੀਆਂ ਤੇ ਲਾਇਆ ਹੋਇਆ ਮੈਂ ਇਹ ਤਾਂ ਬਹੁਤ ਵੱਡਾ ਉਪਰਾਲਾ ਹੈ ਤੁਹਾਡਾ ਬਾਈ ਦਾ ਤੇ ਬਹੁਤ ਤੇ ਬਾਕੀ ਸਾਰੀਆਂ ਆਪਾਂ ਕੱਟਦੇ ਆ ਵੀਡੀਓ ਹੁਣ ਤੇ ਬਾਕੀ ਭਾਈ ਨੰਬਰ ਬੋਲ ਦਿਓ ਤੁਹਾਡੇ ਜਿਹੜੇ ਹੈਗੇ ਨੇ ਨੰਬਰ ਕੋਈ ਨਹੀਂ ਬਾਈ ਆਪਾਂ 7 62 8 45 2690 ਠੀਕ ਆ ਤੇ ਬਾਕੀ ਆਪਾਂ 2 ਨੰਬਰ ਬਾਈਆਂ ਦੇ ਵੀਡੀਓ ਦੇ ਵਿੱਚ ਵੀ ਲਾ ਦਾਂਗੇ ਤੇ ਬਾਕੀ ਜੇ ਬਾਈਆਂ ਦੀ ਨਸਲ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰ ਦਿਓ ਤੇ ਬੱਚੇ ਬੱਚੇ ਹੁੰਦੇ ਨੇ ਆਪਣੇ ਲੋਕੋ ਸੇਲ ਪਰਚੇਸ ਵਾਲੇ ਹਾਂਜੀ ਬਾਈ ਹੁੰਦੇ ਨੇ ਠੀਕ ਆ ਤੇ ਬੱਚੇ ਵੱਡੇ ਬੱਕਰੇ ਦੇ ਵੀ ਤੁਹਾਨੂੰ ਮਿਲ ਜਾਣਗੇ ਵੱਡੇ ਬੱਕਰੇ ਦੇ ਵੀ ਹੁੰਦੇ ਠੀਕ ਆ ਚੰਗੀ ਕੁਆਲਿਟੀ ਆ ਆਪਣੀ ਗਾਰੰਟੀ ਆ ਦਬਾਬੇ ਇਲਾਕੇ ਦੇ ਵਿੱਚ ਤੇ ਬਾਕੀ ਬਾਈਆਂ ਨਾਲ ਕੋਈ ਨਾ ਤੁਹਾਨੂੰ ਹਿਸਾਬ ਸਿਰ ਦੇ ਦਿਆ ਕਰਨਗੇ
ਤੇ ਜਿਹੜੇ ਬਾਈਆਂ ਨੇ ਜੰਮੂ ਇੱਧਰੋਂ ਆਉਣਾ ਹੁੰਦਾ ਤੁਹਾਨੂੰ ਨਜ਼ਦੀਕ ਪੈਂਦਾ ਇਹ ਇਲਾਕਾ, ਇਹਦੇ ਵਿੱਚੋਂ ਮਾਲ ਖਰੀਦਿਆ ਕਰੋ। ਤੇ ਬਾਕੀ ਮੰਗਾ ਜੀ ਹੋਰ ਕੋਈ ਗੱਲਬਾਤ? ਹੋਰ ਇੱਦਾਂ ਹੀ ਤੁਹਾਨੂੰ ਇੱਕ ਵਾਰੀ ਬੱਕਰਾ ਦੁਬਾਰਾ ਫੇਰ ਦਿਖਾਉਣਾ ਹੈ। ਹਾਂਜੀ ਹਾਂ ਜ਼ਰੂਰ। ਤਾਂ ਕਿਉਂਕਿ ਕਈ ਵੇਲੇ ਬੰਦੇ ਦੇ ਮਨ ਦੇ ਵਿੱਚ ਡਾਊਟ ਰਹਿੰਦਾ ਵੀ ਮਾਲਾ ਜੀ ਬੱਕਰਾ ਨਗ ਰਿਹਾ ਵੀ ਸ਼ਾਇਦ ਬੱਚੇ ਨਗ ਰਹੇ ਹੋਣਗੇ। ਹਾਂਜੀ ਹਾਂਜੀ ਰੰਗ ਇਹਦੇ ਵਿੱਚ ਜੀ ਲੋਹੇ ਵੀ ਆਉਂਦੇ ਆ। ਅੱਛਾ ਤੇ ਆ ਮੜਾ ਪਿੱਛੇ ਹੋ ਕੇ ਦਿਖਾ, ਕੋਈ ਨਾ ਫੜ ਲਓ ਬਸ ਬਸ ਇੱਦਾਂ। ਤੇ ਇਹਦਾ ਵੀ ਜ਼ਰੂਰੀ ਨਹੀਂ ਵੀ ਹੈਗਾ ਵੀ ਇਹ ਨਾਗਰਾ ਪੱਕਾ ਤਾਂ ਨਾਗਰੇ ਬੱਚੇ ਹੋਣਗੇ, ਬੱਚੇ ਇਹਦੇ ਕਾਲੇ ਵੀ ਆ ਤੇ ਲੋਹੇ ਵੀ ਆ ਤੇ ਨਾਗਰੇ ਵੀ ਇਸ ਰੰਗ ਦੇ। ਤਾਂ ਤੁਸੀਂ ਜਦ ਮਰਜ਼ੀ ਮੇਰੇ ਭਾਣ, ਹਾਂਜੀ ਤਿੰਨ ਰੰਗ ਤਾਂ ਪੱਕੇ ਆ ਨਾ, ਲੋਹਾ ਕਾਲਾ ਤੇ ਨਾਗਰਾ, ਤੇ ਕੋਈ ਵੀ ਬੰਦਾ ਮਤਲਬ ਇਹਦੇ ਨਾਲ ਮੇਰੇ ਭਾਣ ਜੀ ਨਾਲ ਸਫ਼ਰ ਕਰ ਸਕਦਾ ਤੇ ਬੱਚੇ ਮਿਲ ਸਕਦੇ ਕੋਈ ਗੱਲ ਨਹੀਂ। ਬਾਕੀ ਨਸਲ ਚੰਗੀ ਆ ਤੇ ਦੇਖਣ ਵਾਲਿਆਂ ਤੋਂ ਦੇਖ ਹੀ ਲੈਣਾ ਵੀ ਕਿਹੜੀ ਚੰਗੀ ਆ ਤੇ ਕਿਹੜੀ ਮਾੜੀ ਆ। ਸਹੀ ਗੱਲ, ਠੀਕ ਹੈ ਜੀ। ਹਾਂਜੀ ਠੀਕ ਹੈ, ਧੰਨਵਾਦ ਬਾਈਆਂ ਦਾ। ਤੇ ਮੰਡਾਲੀ ਸ਼ਰੀਫ ਮੇਲੇ ਤੇ ਹਰ ਸਾਲ ਪਹੁੰਚਿਆ ਕਰੋ, ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਸਾਰੇ ਬਾਈਆਂ। ਓਕੇ।